ਅੱਜ ਗੁਰਦਾਸਪੁਰ ਵਿਖੇ ਮਾਨਯੋਗ SSP ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਪੁਲਿਸ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਸੁਭਾਸ਼ ਸੂਫੀ SPI ਨੇ ਗੀਤ ਗਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਘਰ ਵਿੱਚ ਰਹੋ ਅਤੇ ਵਾਰ ਵਾਰ ਸਾਬਣ ਨਾਲ ਹੱਥ ਧੋਵੋ ਅਤੇ ਆਪਣਾ ਫਾਸਲਾ ਇੱਕ ਦੂਜੇ ਤੋਂ ਘੱਟੋ ਘੱਟ 1 ਮੀਟਰ ਦਾ ਅਤੇ ਕਿਸੇ ਨਾਲ ਵੀ ਹੱਥ ਨਾ ਮਿਲਾਇਆ ਜਾਵੇ। ਦੂਰੋਂ ਹੀ ਸਤਿ ਸ੍ਰੀ ਅਕਾਲ ਕੀਤੀ ਜਾਵੇ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ। ਜੇ ਕਿਸੇ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਰੇ ਹੀ ਨਗਰ ਸ਼ਹਿਰ ਦੇ ਨਗਰ ਨਿਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਇੱਕ ਪੰਜਾਬ ਪੁਲਿਸ ਦੇ ਮਹਿਕਮੇ ਵੱਲੋਂ ਇੱਕ ਜੋ ਕੋਰੋਨਾ ਵਾਇਰਸ ਰਾਤ ਰਾਤ ਪ੍ਰਣਾਲੀ ਸਾਰੇ ਦੇਸ਼ਾਂ ਵਿੱਚ ਫੈਲ ਚੁੱਕੀ ਹੈ, ਇਸ ਨੂੰ ਫਲ ਪਾਉਣ ਲਈ ਜੋ SSP ਸਾਹਿਬ ਗੁਰਦਾਸਪੁਰ ਅਫਸਰਾਂ ਵਾਲਾ ਵੱਲੋਂ ਇੱਕ ਪੰਜਾਬ ਪੁਲਿਸ ਦੇ AI ਸੁਭਾਸ਼ ਚੰਦਰ ਸੂਫੀ ਉਸਨੇ ਇੱਕ ਗਾਣਾ ਤਿਆਰ ਕੀਤਾ ਹੈ ਕੋਰੋਨਾ ਵਾਇਰਸ ਨੂੰ ਫਲ ਪਾਉਣ ਵਾਸਤੇ। ਉਸਦੇ ਗਾਣੇ ਦੇ ਹਰ ਇੱਕ ਦਰਦ ਜਿਹੜਾ ਉਹ ਕੋਰੋਨਾ ਵਾਇਰਸ ਦੇ ਉਸਨੂੰ ਰੋਕਣਾ ਬਹੁਤ ਹੀ ਜ਼ਰੂਰੀ ਹੈ। ਉਹ ਗਾਣਾ ਨਹੀਂ ਹੈ, ਉਹ ਕੋਰੋਨਾ ਵਾਇਰਸ ਨੂੰ ਫਲ ਪਾਉਣ ਵਾਸਤੇ ਪਰਾਲੀ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਆ ਰਾਸ਼ਨ ਵੰਡਣ ਦੇ ਵਿੱਚ ਜਾਂ ਕੋਈ ਸਹਾਇਤਾ ਕਿਸੇ ਨੂੰ ਚਾਹੀਦੀ ਆ, ਹੈਲਪਲਾਈਨ ਨੰਬਰ ਹੈਗੇ ਨੇ ਜਾਂ ਜਿੱਦਾਂ ਦੀ ਵੀ ਸਹਾਇਤਾ ਚਾਹੀਦੀ ਆ ਪੰਜਾਬ ਪੁਲਿਸ ਉਪਲਬਧ ਆ। ਅੱਜ ਅਸੀਂ ਆ ਥੋੜ੍ਹਾ ਜਿਹਾ ਇੱਕ ਉਪਰਾਲਾ ਕੀਤਾ ਹੈ ਕਿ ਲੋਕਾਂ ਨੂੰ ਅਵੇਅਰ ਕਰਨ ਲਈ ਆਪਾਂ ਇਹ ਕਰ ਰਹੇ ਹਾਂ ਕਿ ਇੱਕ ਗਾਣਾ ਬਣਾਇਆ ਅਸੀਂ ਜਿਹੜਾ ਕਿ ਗੀਤ ਰਾਹੀਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਾ ਨਿਕਲੋ, ਜਿੰਨੀ ਦੇਰ ਤੱਕ ਲੋਕਡਾਊਨ ਹੈਗਾ ਉੰਨੀ ਦੇਰ ਤੱਕ ਉਹਨਾਂ ਨੂੰ ਇੰਸਟਰਕਸ਼ਨ ਨੂੰ ਫੋਲੋ ਕਰੋ। ਅਤੇ ਅੱਗੇ ਵੀ ਆਪਾਂ ਇਹੀ ਚਾਹੁੰਦੇ ਹਾਂ ਕਿ ਥੋੜ੍ਹੀ ਦੇਰ ਫੋਲੋ ਹੋ ਜੂਗਾ ਅਤੇ ਆਪਾਂ ਬਚ ਜਾਵਾਂਗੇ ਇਹਦੇ ਤੋਂ, ਨਹੀਂ ਤਾਂ ਫਿਰ ਜੇ ਵਾਧਾ ਤਾਂ ਵਾਧਾ ਜਾਣਾ। ਇਸ ਤੋਂ ਪਹਿਲਾਂ ਹੀ ਆਪਾਂ ਨੂੰ ਫੋਲੋ ਕਰਕੇ ਅਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਪਲੀਜ਼ ਆਪਣੇ ਘਰ ਦੇ ਵਿੱਚ ਰਹੋ ਪਲੀਜ਼ ਕਰਕੇ ਕਹਿੰਦੇ ਹਾਂ। ਮੈਂ ਇਹ ਕਹਿਣਾ ਚਾਹੂੰਗਾ ਤੁਸੀਂ ਦੇਖੋ ਕਰਫਿਊ ਤਾਂ ਲੋਕਡਾਊਨ ਹੈਗਾ, ਲੋਕਡਾਊਨ ਦੇ ਵਿੱਚ ਆਪਾਂ ਜੇ ਕਿਸੇ ਦੇ ਖਿਲਾਫ ਆਪਾਂ ਕਾਰਵਾਈ ਨਹੀਂ ਕਰਨਾ ਚਾਹੁੰਦੇ ਪਰ ਜੇ ਲੋੜ ਪਈ ਤਾਂ ਫਿਰ ਕਰਨੀ ਵੀ ਪੈਣੀ ਹੈ। ਪਰ ਮੈਂ ਅਪੀਲ ਕਰਦਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਰਹੋ, ਤੁਹਾਨੂੰ ਉੱਥੇ ਤੱਕ ਰਾਸ਼ਨ ਪਹੁੰਚ ਜਾਊਗਾ ਜਿਨ੍ਹਾਂ ਨੂੰ ਲੋੜ ਹੈਗੀ ਉਹਨਾਂ ਨੂੰ ਪਹੁੰਚਾ ਦੇਵਾਂਗੇ। ਹਾਂਜੀ, ਆਵਾਜ਼ ਕੰਪਨੀ ਵੇਲੇ ਹੀ ਦਾਰੀ ਬਾਬ ਤੋਂ ਰਣਜੀਤ ਸਿੰਘ ਦੀ ਰਿਪੋਰਟ।